ਪੜੇ ਨਹੀਂ ਆ ਯਾਰ, ਮੈਨੂੰ ਕਿਹਾ ਮੈਂ ਯਾਰ ਤਾਂ ਉਹਨੇ ਵੀ ਨਹੀਂ ਪੜੇ ਨਾਲ ਤਾਂ ਯਾਰ, ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਤੂੰ ਨਾ ਤਾਂ ਮੈਂ ਨਹੀਂ ਪੜੇ ਯਾਰ, ਤੂੰ ਨਾਲ ਗਿਆ ਨਾ ਪੰਜ ਨਾਲ ਮੇਰੀ ਗੁੱਠੀ ਤੋਂ ਉੱਪਰ ਨਹੀਂ ਗਿਆ, ਹਰੇਕ ਬੰਦਾ ਚੜਦਾ ਉੱਪਰ ਨਹੀਂ ਪੜੇ ਯਾਰ, ਨਹੀਂ ਪੜੇ ਮੈਂ ਨਹੀਂ ਪੜੇ ਯਾਰ, ਇਹਨੂੰ ਕਿਹਾ ਨਹੀਂ ਪੜੇ ਯਾਰ, ਇਹਨੂੰ ਕਿਹਾ ਨਹੀਂ ਮੈਂ ਨਹੀਂ ਪੜੇ ਇਹਨਾਂ, ਇਹਨੂੰ ਮੈਂ ਨਹੀਂ ਪੜੇ ਯਾਰ, ਤੂੰ ਨਾਲ ਮੈਂ ਨਹੀਂ ਪੜੇ, ਤੂੰ ਨਾਲ ਗਿਆ ਤਾਂ ਕਿਤੇ ਯਾਰ, ਇਹ ਵੀਡੀਓ ਤੋਂ ਨਾ ਜਾਂ ਵੀਡੀਓ ਦਿਖਾ, ਮੈਂ ਤਾਂ ਨਾਲ ਦਿਖਾ ਵੀਡੀਓ ਦਿਖਾ ਦੇ, ਵੀਡੀਓ ਦਿਖਾ ਦੇ, ਦਿਖਾ ਦੇ ਫਿਰ ਤੂੰ ਬੱਚਾ ਰੋਣਾ ਨਹੀਂ ਯਾਰ, ਉਹ ਦੁਨੀਆ ਨਾਮ ਨਾ ਮੇਰਾ ਅੱਗੇ ਨਾਮ ਤੇਰਾ ਵੀ ਮੈਂ ਤੁਹਾਨੂੰ, ਸਾਡੇ ਤਾਂ ਗੱਡੀ ਦੇ ਸ਼ੀਸ਼ੇ ਤੋੜੇ ਆ ਜੀ। ਅੱਛਾ ਜੀ, ਕਿਉਂ ਤੋੜੇ ਕਾਤੇ? ਉਹ ਐਸੇ ਮਾੜੀ ਮੋਟੀ ਗੱਲਬਾਤ ਹੋ ਗਈ, ਟੋਲ ਭਰੀ, ਇਹ ਓਵਰਲੋਡ ਮੰਗਦੇ ਤੇ ਕਾਫੀ ਦੇਰ ਗੱਡੀ ਰੋਕ ਕੇ ਰੱਖੀ ਇਹਨਾਂ ਨੇ, 15-20 ਮਿੰਟ ਟੋਲ ਪੇਡ ਹੋਣ ਤੋਂ ਬਾਅਦ ਵੀ, ਉਸਕੇ ਬਾਅਦ ਫਿਰ ਉੱਪਰ ਰਾਸਤੇ ਮੈਂ ਗਾੜੀ ਘੇਰ ਕੇ ਚਾਰ ਬੰਦਿਆਂ ਨੇ ਪਥਰਾਉ ਕੀਆ ਗਾੜੀ। ਕੌਣ ਬੰਦੇ ਸੀ ਉਹ ਜਿਹੜੇ ਟੋਲ ਪਲਾਚਾ ਵਾਲੇ? ਟੋਲ ਪਲਾਚੇ ਵਾਲੇ ਤੇ ਇਹਨਕੇ ਬੰਦੇ ਤੇ ਤੁਹਾਡਾ ਕਿਆ ਟਰੱਕ ਸੀਗਾ? ਕਿਆ ਮੇਰੇ ਕੋਲ ਟਰੱਕ ਦਾ? ਕਿਹੜੀ ਜਗ੍ਹਾ ਤੇ ਰਹਿਣ ਵਾਲੇ ਤੁਸੀਂ? ਮੈਂ ਬਿਲਾਸਪੁਰ ਦਾ। ਕਿੰਨਾ ਟਰੱਕ ਨੰਬਰ ਸੀ ਤੁਹਾਡਾ? ਮੇਰਾ HP 24-97-87 ਹੈ। ਕਿੰਨੀ ਤਰੀਕ ਦੀ ਗੱਲ ਹੈ? 15 ਤਰੀਕ ਸਵੇਰੇ 6 ਵਜੇ ਦੀ ਹੈ। ਅੱਛਾ, ਨਹੀਂ ਫਿਰ ਤੁਹਾਡੇ ਹੱਥੋਂ ਗਏ ਬੰਦੇ? ਟਰੱਕ ਤੁਹਾਡਾ ਥੱਲੇ ਤੋਂ ਗਿਆ ਸੀ ਉੱਪਰ? ਹਾਂਜੀ ਹਾਂਜੀ, ਇੱਧਰ ਤੇ ਗਿਆ ਸੀ। ਅੱਛਾ, ਤੁਹਾਡਾ ਕੀ ਨਾਮ ਹੈ? ਮੇਰਾ ਹੇਮਰਾਜ ਸ਼ਰਮਾ। ਤੁਹਾਡਾ ਤੁਸੀਂ ਡਰਾਈਵਰੀ ਕਰਦੇ ਹੋ ਟਰੱਕ ਆਪਣਾ? ਤੁਸੀਂ ਖੁਦ ਚਲਾਉਂਦੇ ਸੀ? ਤੁਸੀਂ ਬੰਦੇ ਪਹਿਚਾਣ ਲਏ ਜਿਹੜੇ ਸੀਗੇ? ਬੰਦੇ ਇਹਨਾਂ ਨੂੰ ਦੱਸੇ ਜਾਂ ਮੋਟਰਸਾਈਕਲਾਂ ਤੇ ਚਾਰ ਬੰਦੇ ਗਏ ਸੀ ਇੱਥੇ ਨਾ, ਮੇਰਾ ਘਰ ਬਿਲਕੁਲ ਟੂਲ ਦੇ ਨਾਲ ਆ ਜੀ। ਰਾਤ ਨੂੰ ਇੱਥੇ ਬਹੁਤ ਗੁੰਡਾ ਕਰਦੀ, ਉੱਚੀ ਆਵਾਜ਼ 'ਚ ਜਿਹੜੇ ਆ ਨਾ, ਗਾਲ ਮਕਾਲਾ ਬਹੁਤ ਹੋ ਰਿਹਾ ਹੈ। ਮੈਂ ਤਾਂ ਇੱਕ ਦਿਨ ਰਾਤ ਨੂੰ ਆਪਣੇ ਕੋਠੇ 'ਤੇ ਖੜ੍ਹ ਕੇ ਦੇਖ ਰਿਹਾ ਤਾ ਕਿ ਇਹਨਾਂ ਨੇ ਬੱਲਵੋ ਬੱਸ ਦੇ ਸ਼ੀਸ਼ੇ ਭੰਨੇ, ਕੁੱਟ ਮਾਰ, ਵਾੜ ਦੁਆਹੀ ਬਹੁਤ, ਅਤੇ ਜਾਣੀ ਕਿ ਬਹੁਤ ਗੁੰਡਾ ਕਰਦੀ ਹੋ ਰਹੀ ਹੈ। ਇਹ ਇਕੱਲੀ ਇਹ ਨਹੀਂ ਹੋ ਰਹੀ, ਇੱਥੇ ਓਵਰਲੋਡ ਦੀ ਬਹੁਤ ਬੜੀ ਲੁੱਟ ਹੋ ਰਹੀ ਹੈ। ਜਿਹੜੀਆਂ ਓਵਰਲੋਡ ਗੱਡੀਆਂ ਲੈ ਕੇ ਜਾਂਦੀਆਂ ਉਹਨਾਂ ਨਾਲ ਬੜਾ ਧੱਕਾ ਡਰਾਈਵਰਾਂ ਨਾਲ ਹੋ ਰਿਹਾ, ਉਹਨਾਂ ਨਾਲ ਇੰਨਾ ਧੱਕਾ ਹੋ ਰਿਹਾ ਕਿ 32-32 ਸੌ, 35-35 ਸੌ, 5-5 ਹਜ਼ਾਰ ਰੁਪਏ ਓਵਰਲੋਡ ਦਾ ਇਹ ਗੁੰਡੇ ਇਹਨਾਂ ਨੇ ਰੱਖੇ ਹੋਏ ਹੈ। ਅਤੇ ਇਹੀ ਗੁੰਡੇ ਜਿਹੜੇ ਆ ਇੱਥੇ ਪਿੰਡ ਦਾ ਜਿਹੜਾ ਮਾਹੌਲ ਖਰਾਬ ਕਰ ਰਿਹਾ। ਇਹ ਬਹੁਤ ਮਾੜੀ ਘਟਨਾ, ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਦੇ 'ਤੇ ਧਿਆਨ ਦਿੱਤਾ ਜਾਵੇ, ਕੱਲ੍ਹ ਨੂੰ ਕੋਈ ਅਣਹਾਣੀ ਘਟਨਾ ਹੋ ਸਕਦੀ ਹੈ। ਬਾਹ ਮੇਰੀ, ਮੈਂ ਫਾਸਟੈਗ ਦਾ ਕੰਮ ਕਰਦਾ ਇੱਥੇ ਟੋਲ 'ਤੇ ਰਾਤ ਨੂੰ, ਅਤੇ ਰਾਤ ਨੂੰ ਇੱਥੇ ਇਹਨਾਂ ਨੇ ਗੱਡੀਆਂ ਘੇਰੀਆਂ ਜਿਹੀਆਂ, ਕਾਰਾਂ, ਕੋਈ ਪਿਕਅਪ ਵਗੈਰਾ, ਉਹਦੇ ਨਾਲ ਲੜਾਈ ਝਗੜਾ ਕਰਦੇ ਸੀ। ਬਹੁਤ ਜ਼ਿਆਦਾ ਆਵਾਜ਼ ਸੀ ਔਰ ਕੁਛ ਪਿੰਡ ਦੇ ਬੰਦੇ 2-3 ਆ ਕੇ ਉੱਠ ਗਏ ਰਾਤ ਨੂੰ, ਅਤੇ ਅਸੀਂ ਵੀ ਦੇਖਣ ਚੱਲ ਗਏ, ਅਤੇ ਇਹਨਾਂ ਨੇ ਦੋ ਗੁੰਡੇ ਰੱਖੇ ਉਰੇ, ਜਿਹੜੇ ਕਿ ਸਾਨੂੰ, ਅਸੀਂ ਉਹਨੂੰ ਪੁੱਛਿਆ ਕਿਆ ਗੱਲ, ਉਹ ਕਹਿੰਦੇ ਤੁਸੀਂ ਟੋਲ 'ਤੇ ਕਿਉਂ ਆਏ, ਤੁਹਾਡਾ ਕਿਆ ਟੋਲ ਪਰ? ਕਿਹਾ ਅਸੀਂ ਦੇਖਣ ਆ ਗਏ, ਉਹ ਇੱਥੇ ਲੜਾਈ ਝਗੜਾ ਹੋ ਰਿਹਾ ਇਸ ਕਰਕੇ ਹੀ ਦੇਖਣ ਆ ਗਏ। ਕਹਿੰਦਾ ਤੁਹਾਡਾ ਕੋਈ ਮਤਲਬ ਨਹੀਂ ਆਉਣ ਦਾ, ਤੁਸੀਂ ਆਏ ਕਿਉਂ ਟੋਲ 'ਤੇ? ਤੁਸੀਂ ਹੁੰਦੇ ਕਦੋਂ ਦੀ ਗੱਲ ਹੈ? ਇਹ 14 ਤਰੀਕ ਰਾਤ ਦੀ ਗੱਲ ਹੈ। ਅੱਛਾ ਜੀ, ਤੁਸੀਂ ਫਿਰ ਇਹ ਹੁਣ ਤੁਹਾਡੇ ਸੱਟ ਲੱਗੀ ਆ, ਇਹ ਸਾਡੇ ਬਾਰੇ ਕੋਈ ਤਲਾਹ ਦਿੱਤੀ? ਹਾਂਜੀ, ਤਲਾਹ ਦਿੱਤੀ ਵੀ ਹੈ ਅਤੇ ਬਿਆਨ ਵੀ ਦਰਜ ਕਰਵਾਤੇ ਹੈ, ਅਤੇ ਹਜੇ ਤੱਕ ਕੋਈ ਕਾਰਵਾਈ ਹੋਈ ਨਹੀਂ। ਕੌਣ ਕੌਣ ਸੀ ਤੁਹਾਡੇ 'ਤੇ ਹਮਲਾ ਕਰਨਾ? ਮੇਰੇ 'ਤੇ ਇੱਕ ਤਾਂ ਟੋਲ ਮੈਨੇਜਰ ਔਰ ਕੁਲਵੀਰ ਸਿੰਘ, ਲਖਵਿੰਦਰ ਸਿੰਘ ਲੱਕੀ, ਇਹਨਾਂ ਨੇ ਮੇਰੇ ਨਾਲ ਮਾਰਕਟਾਈ ਕੀਤੀ ਅਤੇ ਮੇਰੀ ਉਂਗਲੀਆਂ ਫ੍ਰੈਕਚਰ ਕਰਤੀਆਂ। ਸਰ ਇਹ ਤਾਂ ਕੋਈ ਵੀ ਮੈਟਰ ਨਹੀਂ ਹੈ, ਮੇਰੇ ਪਾਸ ਕਾਲ ਆਇਆ ਤਾਂ 11:15 ਕੇ ਆਸਪਾਸ ਟੋਲ 'ਤੇ ਕਿ ਸਰ ਟੋਲ ਪੂਰਾ ਜਾਮ ਹੋ ਗਿਆ ਔਰ ਟੋਲ 'ਤੇ ਗਾੜੀ ਫ੍ਰੀ ਹੋਣੇ ਕੀ ਨੌਬਤ ਆ ਗਈ ਹੈ। ਤੋ ਮੈਂ ਵਾਪਸੀ ਟੋਲ 'ਤੇ ਆਇਆ 11:35 ਕੇ ਆਸਪਾਸ। ਕਿਸ ਦਿਨ ਕੀ ਬਾਤ ਹੈ ਇਹ? ਸਰ 14 ਤਾਰੀਖ ਕੇ ਆਸਪਾਸ ਹੈ, ਕੁਛ 14 ਤਾਰੀਖ ਕਾ ਹੀ ਮੈਟਰ ਹੈ। ਤੋ ਸਰ ਮੈਂ ਜਬ ਟੋਲ ਪੇ ਪਹੁੰਚਾ ਹੂੰ, 14 ਤਾਰੀਖ ਨਾਈਟ 11 ਵਜੇ ਕਾ ਮੈਟਰ ਹੈ। ਤੋ ਸਰ ਜਬ ਮੈਂ ਟੋਲ ਪੇ ਪਹੁੰਚਾ ਤੋ ਗਾੜੀ ਵਾਲੋ ਕੋ ਭੜਕਾ ਕੇ ਭਗਤ ਰਾਮ ਚੰਨਨ ਸਿੰਘ ਔਰ ਦੇਸ਼ ਰਾਜ ਜੀ ਕਾ ਭਤੀਜਾ ਕੁਲਦੀਪ ਸਿੰਘ, ਇਹਨਾਂ ਨੇ ਗਾੜੀ ਵਾਲੋ ਕੋ ਭੜਕਾ ਕੇ ਪੂਰਾ ਟੋਲ ਫ੍ਰੀ ਕਰਨੇ ਕੀ ਤਿਆਰੀ ਕਰ ਰੱਖੀ ਸੀ। ਮੈਂ ਕੁਲਵੀਰ ਭਾਈ ਕੋ ਬੁਲਾਇਆ ਕਿ ਭਾਈ ਆਓ, ਟੋਲ ਪੇ ਬਹੁਤ ਬੁਰਾ ਮਾਹੌਲ ਬਣਾ ਹੁਆ ਹੈ, ਆ ਕੇ ਥੋੜ੍ਹਾ ਦੇਖਤੇ ਹੈ।
हम आए टोल पे, आने के बाद हमने गाड़ी वालों को समझाया, गाड़ी वाले सब अपना टिकट कटा कटा के चले गए, लेकिन हमारे पहुंचने से पहले कुछ गाड़ी टोल पे फ्री हो गई, निकल भी गई। उसके बाद भगत राम और चंदन सिंह और कुलदीप हम लोगों को गाली गलौज देने लगे, वीडियो बनाने लगे वहाँ। उसके बाद अपने लड़कों का उनसे थोड़ा सा हाथापाई हो गया, बस इतना ही मैटर था और कुछ भी नहीं था। जो भी एविडेंस है सारे टोल के सीसीटीवी कैमरा में रिकॉर्ड है। इस तो अलावा 15 तरीक सवेर जी भी को घटना हैगी, ट्रक ड्राइवर कहना मेरे मेरे नाल जिहड़ा है ओवरलोड दे मेरे ते दबाव पाया गया पैसे लैण दे। वो तो अलावा वो कहना टोल प्लाजे तो जो मैं लंघ के गया अगे जाके मेरे नाल जिहड़ी कुटमार की गई है, टोल प्लाजे के करिंदे मगर गए हैं, मोटरसाइकिलों पर मेरी गड्डी की भन तोड़ की है। ये जो मैटर है सर, स्वारगाड़ थाने में ऑलरेडी रजिस्टर्ड है, वहाँ की पुलिस ने आगे यहाँ पूरा छानबीन की थी, जिसमें ऐसा कुछ भी नहीं है। अपने यहाँ जो टोल से गाड़ी खुद भूम तोड़ के वो भगा के लेके गए हैं, 2 नंबर लाइन मेरी अभी तक खराब है, उसमें 1.5 लाख के आसपास का नुकसान है। एक जरा ओवरलोड का की चक्कर है, ओवरलोड का काफ़ी ज़्यादा शिकायतें लोग कर रहे हैं, वो कहते जी ओवरलोड के पैसे धक्के सातों ले जा रहे हैं, जबकि पर्ची पर 0 वेट लिखा होंगे और पैसे की जी सू पर्ची भी नहीं दी जाती। नहीं सर ऐसा नहीं है, जैसे कोई कोई जो वेट ब्रिज लाइन पर जो टिकट कटता है उसमें कभी कभी कांटे में वेट नहीं आता है, तो जब सिस्टम से पर्ची निकालते हैं तो वेट नहीं निकल पाता है। अगर गाड़ी वाला उसी समय पे कंप्लेंट करे कि भाई वेट डाल के दे, तो उसका दूसरी लाइन से वेट डाल के टिकट निकल सकता है। ये जी है, कुछ दिन पहले एक लड़ाई हुई थी 2-3 के बीच मोड़ा पिंड के रहने वाले हैं, चनन राम के एक साइड से, दूसरे कुलवीर सिंह ते लविंदर सिंह, इन्होंने बीच आपसी झड़प हुई थी, पहला बहस बुझाई हुई, फिर लड़ाई झगड़ा हो गया, ਉਸ ਦੋਨੋਂ ਤਰ੍ਹਾਂ ਆਪਣਾ ਇੱਕ ਦੂਜੇ ਖਿਲਾਫ ਦਰਖਾਸਤ ਦੇ ਗਏ ਸੀਗੇ, ਅਤੇ ਲੜਾਈ ਤੋਂ ਬਾਅਦ ਚੰਨਣ ਰਾਮ ਹਸਪਤਾਲ ਦਾਖਲ ਹੋਇਆ ਸੀ ਅਤੇ ਕੁਛ ਸੱਟਾਂ ਲੱਗੀਆਂ ਪਾਈ ਗਈ ਸੀਗੀਆਂ। ਸੋ ਉਸ 'ਤੇ ਕਾਰਵਾਈ ਕਰਦੇ ਆ, ਚੰਨਣ ਰਾਮ ਦੇ ਬਿਆਨ 'ਤੇ ਪਰਚਾ ਦਰਜ ਕੀਤਾ ਗਿਆ ਲਖਵਿੰਦਰ ਸਿੰਘ ਅਤੇ ਕੁਲਵੀਰ ਸਿੰਘ ਦੇ ਖਿਲਾਫ ਜੀ। ਫਿਲਹਾਲ ਇਸ ਆਪਣੀ ਨੌਲੇਜ ਇਹ ਗੱਲ ਸਾਹਮਣੇ ਨਹੀਂ ਆਈ, ਕੋਈ ਵੀ ਕੰਪਲੇਂਟ ਰਿਸੀਵ ਨਹੀਂ ਹੋਈ ਇਸ ਤਰ੍ਹਾਂ।